ਬੇਨਤੀ ਹੈ, ਜਿਵੇਂ ਆਪ ਜੀ ਨੂੰ ਅੱਗੇ ਵੀ ਦਰਸਾਉਂਦੇ ਆ ਰਹੇ ਹਾਂ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਹਾੜੇ ਗੁਰਪੁਰਬ ਦੀ ਖੁਸ਼ੀ ਵਿੱਚ ਪੰਜਵਾਂ ਮਹਾਨ ਨਗਰ ਕੀਰਤਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ। ਵਿਸ਼ੇਸ਼ ਤੌਰ 'ਤੇ ਸਾਧ ਸੰਗਤ ਦੀ ਬੇਨਤੀ ਇਸ ਕਰਕੇ ਕਰਨੀ ਜੋ ਸਮਝਦੇ ਹੈ ਕਿ ਸਿੱਖ ਦੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਇਸ ਕਰਕੇ ਸਾਧ ਸੰਗਤ ਜੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੁਰਬ ਆਉਂਦਾ ਉਸ ਨੂੰ ਵੱਡੇ ਪੱਧਰ ਦੇ ਉੱਤੇ ਮਨਾਈਏ ਤਾਂ ਕਿ ਸੰਸਾਰ ਦੇ ਅੰਦਰ ਅਸੀਂ ਦੱਸ ਸਕੀਏ ਕਿ ਅਸੀਂ ਕਿਸੇ ਦੇਹਧਾਰੀ ਦੇ ਉਪਾਸ਼ਕ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀਆਂ ਲਾਉਣ ਵਾਲਿਆਂ ਨੂੰ ਅਸੀਂ ਗੁਰੂ ਨਹੀਂ ਮੰਨਦੇ, ਭਾਵੇਂ ਕੋਈ ਕੁਛ ਹੈ। ਸਾਡੇ ਵਾਸਤੇ ਗੁਰੂ ਉਹ ਹਨ ਜਿਨ੍ਹਾਂ ਦੇ ਦੁਆਲੇ ਪਰਿਕਰਮਾ ਕਰਕੇ ਕਲਗੀਆਂ ਵਾਲੇ ਨੇ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵਚਨ ਕੀਤਾ ਸੀ, ਆਗਿਆ ਭਈ ਅਕਾਲ ਕੇ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਕਰਕੇ ਹਰੇਕ ਸਿੱਖ ਨੂੰ ਆਪਣੇ ਮਨ ਦੇ ਅੰਦਰ ਇਹ ਗੱਲ ਜ਼ਰੂਰੀ ਪੱਕੀ ਬੰਨ੍ਹ ਲੈਣੀ ਚਾਹੀਦੀ ਹੈ ਕਿ ਦੋ ਪੁਰਬ ਜਿਹੜੇ ਹਨ ਉਹਨਾਂ ਨੂੰ ਆਪਣੇ ਸਾਰੇ ਗਿਲੇ ਸ਼ਿਕਵੇ ਮਟਾ ਕੇ ਆਪਸ ਵਿੱਚ ਪਈਆਂ ਹੋਈਆਂ ਈਰਖਾ ਦੀਆਂ ਕੰਧਾਂ ਨੂੰ ਗਿਰਾ ਕੇ ਵੱਡੇ ਪੱਧਰ ਦੇ ਉੱਤੇ ਮਨਾਉਣਾ ਚਾਹੀਦਾ। ਉਹ ਹਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਿਆਈ ਪੁਰਬ, ਕਿਉਂਕਿ ਜਦੋਂ ਅਸੀਂ ਇਹਨਾਂ ਪੁਰਬਾਂ ਨੂੰ ਵੱਡੇ ਪੱਧਰ 'ਤੇ ਮਨਾਵਾਂਗੇ ਸਿੱਖਾਂ ਨੂੰ ਦੱਸ ਹੀ ਨਹੀਂ ਸਕੇ ਕਿ ਸਾਨੂੰ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਹੈ। ਅਸੀਂ ਹੋਰ ਪੁਰਬ ਬਹੁਤ ਵੱਡੇ ਪੱਧਰ ਦੇ ਉੱਤੇ ਮਨਾਉਂਦੇ ਹਾਂ, ਪਰ ਜਿਹੜੇ ਗੁਰੂ ਨੂੰ ਅਸੀਂ ਰੋਜ਼ਾਨਾ ਮੱਥਾ ਆਣ ਕੇ ਟੇਕਦੇ ਹਾਂ, ਜਿਸ ਗੁਰੂ ਦੇ ਅਸੀਂ ਉਪਾਸ਼ਕ ਅਤੇ ਸੇਵਾਦਾਰ ਬਣ ਕੇ ਕਹਿੰਦੇ ਸਾਡਾ ਗੁਰੂ ਸਮੁੱਚੀ ਮਨੁੱਖਤਾ ਦਾ ਸਰਬ ਸਾਂਝਾ ਅਤੇ ਜੁਗੋ ਜੁਗ ਅਟਲ ਗੁਰੂ ਹੈ, ਕਿਉਂਕਿ ਸਰੀਰਕ ਰੂਪ ਵਿੱਚ ਤਾਂ ਗੁਰੂ ਆਏ ਅਤੇ ਸਾਰੇ ਚਲੇ ਗਏ, ਪਰ ਜੋਤ ਰੂਪ ਦੇ ਵਿੱਚ ਜੇਕਰ ਟਿਕੇ ਨੇ ਤਾਂ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹਨ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਨੂੰ ਸੰਸਾਰ ਦੇ ਅੰਦਰ ਉਜਾਗਰ ਕਰਨ ਦੇ ਲਈ ਇਹ ਵਿਸ਼ੇਸ਼ ਯਤਨ ਸਾਧ ਸੰਗਤ ਜੀ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਨੂੰ ਜਦੋਂ ਆਪਾਂ ਨਗਰ ਕੀਰਤਨ ਦੇ ਰੂਪ ਵਿੱਚ ਮਨਾਵਾਂਗੇ, ਜਿਸ ਕਲੀ ਥਣੀ ਜਾਵਾਂਗੇ ਜਦੋਂ ਬੱਸਾਂਗੇ ਵੀ ਅਸੀਂ ਆਹ ਪੁਰਬ ਮਨਾ ਰਹੇ ਹਾਂ, ਉਹ ਸਾਨੂੰ ਪੁੱਛਣਗੇ ਅਤੇ ਸਾਨੂੰ ਇੱਕ ਦੱਸਣ ਦਾ ਮੌਕਾ ਪ੍ਰਾਪਤ ਹੋਏਗਾ ਕਿ ਅਸੀਂ ਕਿਸ ਗੁਰੂ ਦੇ ਗੁਰੂ ਸਿੱਖ ਹਾਂ ਅਤੇ ਇਸ ਗੁਰੂ ਦੀ ਮਹਾਨਤਾ ਕੀ ਹੈ ਕਿ ਆਪਣੇ ਕਲਾਵੇ ਦੇ ਵਿੱਚ ਕਿੰਨੇ ਮਹਾਂਪੁਰਖਾਂ ਨੂੰ ਲੈ ਕੇ ਬੈਠਾ ਹੈ, ਜਿਨ੍ਹਾਂ ਮਹਾਂਪੁਰਖਾਂ ਨੂੰ ਲੋਕਾਂ ਨੇ ਦੁਰਕਾਰਿਆ, ਫਿਟਕਾਰਿਆ, ਮੰਦਰਾਂ ਅਤੇ ਮਸੀਤਾਂ ਦੇ ਵਿੱਚ ਜਾਣ ਨਹੀਂ ਦਿੱਤਾ, ਕਿਵੇਂ ਸਤਿਗੁਰੂ ਜੀ ਨੇ ਉਹਨਾਂ ਨੂੰ ਆਪਣੇ ਗਲ ਨਾਲ ਲਾਇਆ ਅਤੇ ਉਹਨਾਂ ਦੇ ਅੰਦਰੋਂ ਨਿਕਲਿਆ ਹੋਇਆ ਰੱਬੀ ਪੈਗਾਮ ਇਲਹਾਮ ਸੰਸਾਰ ਦੇ ਲੋਕਾਂ ਦੇ ਭਲੇ ਦੇ ਲਈ ਹਰੇਕ ਦੇ ਕੰਨਾਂ ਤੱਕ ਪਹੁੰਚਾਉਣ ਦੇ ਲਈ ਸਦੀਵੀ ਉਹਦੀ ਜਿਹੜੀ ਛਾਪ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸੰਸਾਰ ਨੂੰ ਪ੍ਰਦਾਨ ਕੀਤੀ। ਇਸ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਨਿਕਲਣ ਵਾਲਾ ਇਹ ਪੰਜਵਾਂ ਮਹਾਨ ਨਗਰ ਕੀਰਤਨ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਰਿਚ ਮਿੰਡਲ ਨਿਊਯਾਰਕ ਵੱਲੋਂ ਐਤਵਾਰ ਨੂੰ 12 ਵਜੇ ਅਰਦਾਸ ਬੇਨਤੀ ਨਾਲ ਆਰੰਭ ਹੋਏਗਾ। ਆਓ ਸਾਰੇ ਇਹਦੇ ਵਿੱਚ ਸ਼ਮੂਲੀਅਤ ਕਰੀਏ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਪਿਆਰ ਸਾਹਿਬ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।